ਜੇ ਹੀਟਡ ਆਰਗੂਮੈਂਟ ਦੋਵਾਂ ਦੇ ਵਿਚਕਾਰ ਸੀਗਾ ਕੀ ਲੱਗਦਾ ਸੀਗਾ ਫਿਰ ਤੁਹਾਨੂੰ ਦੋਵਾਂ ਵੱਲ ਕਾਰਵਾਈ ਇੱਕ ਇੱਕ ਬੰਦੇ ਵੱਲ ਕਰ ਦੇਣੀ ਚਾਹੀਦੀ ਸੀ ਤੁਸੀਂ ਮੈਨੂੰ ਪੁੱਛਣਾ ਚਾਹੁੰਦੇ ਹੋ ਤਿੰਨ ਅਲੀਗੇਸ਼ਨ ਲੱਗਦੇ ਇੱਕ ਤਾਂ ਜੀ ਜਲੀਲ ਕੀਤਾ ਹੁਣ ਜੇ ਜਲੀਲ ਕੀਤਾ ਜਲੀਲ ਨੂੰ ਮੈਨੂੰ ਨਹੀਂ ਸਮਝ ਲੱਗਦਾ ਵੀ ਅਸੀਂ ਤਾਂ ਕਾਰਵਾਈ ਕੀਤੀ ਹੈ ਲੀਗਲ ਆਪਣੇ ਇਹ ਪੱਗ ਵਾਲਾ ਕਹਿੰਦੇ ਆ ਜੀ ਸਾਡੀ ਪੱਗ ਉਤਾਰ ਕੇ ਕਿਹਾ ਉਹ ਵੈਸੇ ਹੀ ਸਾਡੀ ਪਾਰਟ ਆਫ ਡਿਊਟੀ ਹੈ ਤੁਹਾਡਾ ਇਹ ਪੱਖ ਹੈ ਤੁਸੀਂ ਕਹਿ ਰਹੇ ਹੋ ਪ੍ਰੋਟੋਕਾਲ ਦੇ ਤਹਿਤ ਪੱਗ ਵੀ ਲਾਣੀ ਸੀਗੀ ਕਿਆ ਉਦੋਂ ਮਾਨਵਜੀਤ ਨੇ ਆਪਣੇ ਆਪ ਹੀ ਤੁਸੀਂ ਜਦੋਂ ਵੀ ਹਵਲਾਤੀ ਕੋਈ ਨੂੰ ਲੈ ਕੇ ਆਂਦੇ ਉਹਨੂੰ ਤੁਸੀਂ ਕਹਿੰਦੇ ਹੋ ਕਿ ਇਹ ਤੈਨੂੰ ਜਿਹੜੇ ਕੰਮ ਕਰਨੇ ਪੈਣਗੇ ਇਹ ਪ੍ਰੋਟੋਕਾਲ ਹੈ ਕਿ ਉਹਨੇ ਆਪ ਹੀ ਆਪਣੀ ਪੱਗ ਉਤਾਰੀ ਸੀਗੀ ਪੱਗ ਦੀ ਮਰਿਆਦਾ ਨੂੰ ਦੇਖਦੇ ਹੋਏ ਅਸੀਂ ਇਹਨੂੰ ਸਾਈਡ ਰੂਮ 'ਚ ਲਿਜਾ ਕੇ ਇਹਨੂੰ ਪਹਿਲਾਂ ਥੋਰੋਲੀ ਸਰਚ ਕੀਤਾ ਫਿਰ ਇਹਦੀ ਪੱਗ ਜਿਹੜੀ ਆ ਉਤਰਵਾ ਕੇ ਤੇ ਫਿਰ ਇਹਨੂੰ ਹਵਾਲਾਤ ਦੇ ਵਿੱਚ ਜਿਹੜਾ ਦਿੱਤਾ ਗਿਆ ਮਤਲਬ ਅਸੀਂ ਮਾਨਵਜੀਤ ਤੱਕ ਤੱਕ ਦਾ ਅਸੀਂ ਰਿਸਪੋਨਸੀਬਲ ਹਾਂ ਅਸੀਂ ਜਸ਼ਨ ਵਾਸਤੇ ਰਿਸਪੋਨਸੀਬਲ ਨਹੀਂ ਹੈਗੇ ਅੱਜ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਇੱਕ ਹੋਰ ਮੁੱਦੇ ਦੀ ਬੜੀ ਚਰਚਾ ਹੋ ਰਹੀ ਹੈ ਗੋਇੰਦਵਾਲ ਸਾਹਿਬ ਵਿਖੇ ਬਿਆਸ ਦਰਿਆ ਦੇ ਵਿੱਚ ਦੋ ਸਗੇ ਭਰਾਵਾਂ ਦੇ ਵੱਲੋਂ ਛਾਲ ਮਾਰ ਦਿੱਤੀ ਗਈ ਹੈ ਫਿਲਹਾਲ ਉਹਨਾਂ ਦੀਆਂ ਬੋਡੀਜ਼ ਤੇ ਬਰਾਮਦ ਨਹੀਂ ਹੋਈਆਂ ਪਰ ਇਹ ਮੁੱਦਾ ਇਸ ਕਰਕੇ ਚਰਚਾ ਦੇ ਵਿੱਚ ਬਣ ਗਿਆ ਕਿ ਉਸ ਪਰਿਵਾਰ ਦੇ ਵੱਲੋਂ ਦੋ ਸਗੇ ਭਰਾਵਾਂ ਦੇ ਪਰਿਵਾਰ ਦੇ ਵੱਲੋਂ ਜਲੰਧਰ ਦੇ ਥਾਣਾ ਨੰਬਰ 1 ਦੇ SHO ਦੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹਨਾਂ ਦੇ ਵੱਲੋਂ ਹਰਾਸਮੈਂਟ ਕੀਤੀ ਗਈ ਜਿਸ ਦੇ ਚੱਲਦਿਆਂ ਇਹ ਦੋ ਸਗੇ ਭਰਾਵਾਂ ਨੇ ਬਿਆਸ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ SHO ਨੇ ਨਵਦੀਪ ਸਿੰਘ ਥਾਣਾ 1 ਦੇ ਵਿੱਚ ਤੈਨਾਤ ਨੇ ਸਾਡੇ ਨਾਲ ਇਸ ਵੇਲੇ ਆਪਣਾ ਵਰਜਨ ਦੇਣ ਲਈ ਰੈਡੀ ਨੇ ਔਰ ਅਸੀਂ ਇਹਨਾਂ ਤੋਂ ਤਮਾਮ ਸਵਾਲ ਪੁੱਛਦੇ ਹਾਂ SHO ਸਾਹਿਬ ਮੈਂ ਪਹਿਲਾਂ ਜਾਣਨਾ ਚਾਹਾਂਗਾ ਕਿ ਇਹ ਸੀਨ ਸ਼ੁਰੂ ਕਿੱਥੋਂ ਦਾ ਹੋਇਆ ਕੀ ਸੀਗਾ ਕਿਉਂ ਤੁਹਾਡੇ ਤੇ ਉਹ ਜਿਹੜੇ ਮਾਨਵ ਔਰ ਜਸ਼ਨ ਦੇ ਨਾਲ ਛਾਲ ਮਾਰੀ ਹੈ ਉਹਨਾਂ ਔਰ ਤੁਹਾਡਾ ਆਮਨਾ ਸਾਹਮਣਾ ਆਉਂਦਾ ਪਹਿਲੀ ਗੱਲ ਤਾਂ ਇਹ ਵੀ ਇਸ ਪੂਰੇ ਐਪੀਸੋਡ ਦੇ ਵਿੱਚ ਜਸ਼ਨ ਦੀ ਕਿਸੇ ਵੀ ਪੁਲਿਸ ਆਫੀਸਰ ਨਾਲ ਮੇਰੇ ਨਾਲ ਜਾਂ ਕਿਸੇ ਵੀ ਥਾਣੇ ਦੇ ਪੁਲਿਸ ਆਫੀਸਰ ਨਾਲ ਕੋਈ ਇੰਟਰੈਕਸ਼ਨ ਜਿਹੜੀ ਹੈ ਨਹੀਂ ਹੋਈ ਔਰ ਇਹ ਮਾਨਵ ਦੀ ਜਿਹੜੀ ਇੰਟਰੈਕਸ਼ਨ ਹੋਈ ਹੈ ਉਹ ਮੈਂ ਤੁਹਾਨੂੰ ਦੱਸਦਾ 14 ਤਰੀਕ ਨੂੰ ਇੱਕ ਜਿਹੜੀ ਆ ਕੰਪਲੇਂਟ ਪਰਮਿੰਦਰ ਕੌਰ ਵੱਲੋਂ ਜਿਹੜੀ ਮੂਵ ਕੀਤੀ ਗਈ ਸੀ ਉਹ ਐਪਲੀਕੇਸ਼ਨ ਉਹਨੇ ਦਿੱਤੀ ਸੀ ਆਪਣੇ ਲਾਜ਼ ਦੇ ਖਿਲਾਫ ਉਹਦੇ ਸੰਬੰਧ 'ਚ ਕਿਉਂਕਿ ਲੇਡੀ ਦੀ ਐਪਲੀਕੇਸ਼ਨ ਜਿਹੜੀ ਆ ਉਹ ਲੇਡੀ ਆਫੀਸਰ ਵੱਲੋਂ ਹੀ ਜਿਹੜੀ ਆ ਡੀਲ ਕੀਤੀ ਜਾਂਦੀ ਹੈ ਇਸੇ ਕਰਕੇ ਇੱਕ ਲੇਡੀ ਕਾਂਸਟੇਬਲ ਜਗਜੀਤ ਕੌਰ ਜੀ ਦੇ ਇਹ ਮਤਲਬ ਮਹਿਲਾ ਮਿੱਤਰ ਆ ਉਹ ਇਹ ਡੀਲ ਕਰਦੀ ਹੈ ਇਹੋ ਜਿਹੀਆਂ ਐਪਲੀਕੇਸ਼ਨ ਉਹਦੇ ਸੰਬੰਧ 'ਚ ਡਿਊਟੀ ਆਫੀਸਰ ਅਤੇ ਉਹ ਦੋਵੇਂ ਜਣੇ ਉੱਥੇ ਗਏ ਸੀ ਜਦੋਂ ਗਏ ਉੱਥੇ ਜਾ ਕੇ ਤਾਂ ਉਹਨਾਂ ਨੇ ਪਾਰਟੀਆਂ ਨੂੰ ਦੋਹਾਂ ਦਾ ਪੱਖ ਸੁਣ ਕੇ ਉਹਨਾਂ ਨੂੰ ਥਾਣੇ ਦਾ ਟਾਈਮ ਦਿੱਤਾ ਹੁਣ ਥਾਣੇ ਜਦੋਂ ਆਈਆਂ ਪਾਰਟੀਆਂ ਤਾਂ ਉਹ ਇਹ ਗੱਲ ਕਹਿ ਰਹੀਆਂ ਸੀਗੀਆਂ ਲੜਕੀ ਕਹਿ ਰਹੀ ਸੀ ਵੀ ਮੈਂ ਇਸੇ ਘਰ 'ਚ ਹੀ ਰਹਿਣਾ ਪਰ ਲੜਕੇ ਵਾਲੇ ਜਿਹੜੇ ਸੀਗੇ ਉਹ ਇਹ ਕਹਿ ਰਹੇ ਸੀ ਵੀ ਅਸੀਂ ਇਹਨੂੰ ਨਹੀਂ ਰੱਖਣਾ ਹੈ ਜਦੋਂ ਜ਼ਿਆਦਾ ਡਿਟੇਲ 'ਚ ਪੁੱਛਗਿੱਛ ਕੀਤੀ ਤਾਂ ਉਹ ਪਤਾ ਲੱਗਿਆ ਵੀ ਲੜਕੀ ਜਿਹੜੀ ਆ 5 ਮਹੀਨੇ ਤੋਂ ਕਿਉਂਕਿ ਉਹਦੀ ਜੋਬ ਸੀਗੀ ਲੁਧਿਆਣੇ ਉਹ ਉੱਥੇ ਹੀ ਕਰਦੀ ਸੀ ਅਤੇ ਵਿੱਚ ਵਿਚਾਲੇ ਆ ਜਾਂਦੇ ਸੀ ਹੁਣ ਵੀ 1-2 ਦਿਨ ਪਹਿਲਾਂ ਉੱਥੇ ਆਈ ਹੋਈ ਸੀ ਲੜਕੀ ਦੀ ਜਿਹੜੀ ਲਾਈਫ ਐਂਡ ਲਿਬਰਟੀ ਜਿਹੜੀ ਉੱਥੇ ਸੇਫ ਨਹੀਂ ਸੀ ਉਹ ਐਜ਼ ਪਰ ਉਹਦੀ ਸਟੇਟਮੈਂਟ 'ਤੇ ਵੀ ਜਿੱਦਾਂ ਮੈਂ ਉੱਥੇ ਰਹਿਣਾ ਹੀ ਰਹਿਣਾ ਸੋ ਇਸ ਸੰਬੰਧ ਦੇ ਵਿੱਚ ਲੜਕੇ ਵਾਲਿਆਂ ਨੂੰ ਕਾਫੀ ਸਮਝਾਇਆ ਗਿਆ ਜਦੋਂ ਦੇਖਿਆ ਵੀ ਇਹ ਫੈਮਿਲੀ ਡਿਸਪਿਊਟ ਬਣਦਾ ਜਾ ਰਿਹਾ ਅਤੇ ਅਸੀਂ ਉਹਨਾਂ ਨੂੰ ਕਿਹਾ ਵੀ ਤੂੰ ਆਪਣੇ ਪੇਰੈਂਟਸ ਨੂੰ ਅਤੇ ਜਾਂ ਹੋਰ ਜਿਹੜੇ ਤੁਹਾਡੇ ਕੋਲ ਕਾਮਨ ਰਿਸ਼ਤੇਦਾਰ ਉਹਨਾਂ ਨੂੰ ਕਾਲ ਕਰ ਫਿਰ ਉਹ ਉਸ ਤੋਂ ਬਾਅਦ ਉਹਦਾ ਬ੍ਰਦਰ ਅਤੇ ਪਲੱਸ ਉਹਦੇ ਇਹ ਮਾਨਵਜੀਤ ਹੁਣੀ ਇਹ ਕਾਫੀ ਲੇਟ ਆਵਰਸ ਜਿਹੜੇ ਆ ਉਹ ਉੱਥੇ ਆਏ ਇਹਦੇ ਨਾਲ ਕਾਫੀ ਬੰਦੇ ਸੀ ਹੁਣ ਮੌਕੇ 'ਤੇ ਮੌਜੂਦ ਲੇਡੀ ਕਾਂਸਟੇਬਲ ਜਗਜੀਤ ਕੌਰ ਦੇ ਨਾਲ ਮਾਨਵਜੀਤ ਅਤੇ ਹੋਰ ਇਹੋ ਜਿਹੇ ਬੰਦਿਆਂ ਨੇ ਕਾਫੀ ਜਿਹੜੇ ਮਤਲਬ ਉੱਥੇ ਉਹਨਾਂ ਨੇ ਜਿਹੜੀ ਆ ਬੱਸ ਲੁਕੀ ਜਿਹੀ ਕੀਤੀ ਇਹਦੇ ਸੰਬੰਧ 'ਚ ਵਾਰ ਵਾਰ ਜਦੋਂ ਇਹਨਾਂ ਨੂੰ ਸਮਝਾਇਆ ਗਿਆ ਫਿਰ ਦੇਖਿਆ ਵੀ ਇਹ ਜਿਹੜੀ ਸਿਚੁਏਸ਼ਨ ਹੈ ਇਹ ਆਊਟ ਆਫ ਕੰਟਰੋਲ ਹੁੰਦੀ ਜਾਂਦੀ ਹੈ ਕਿਉਂਕਿ ਅਗਲੇ ਦਿਨ 15 ਅਗਸਤ ਸੀ ਸਾਰੀ ਪੁਲਿਸ ਦੀਆਂ ਡਿਊਟੀਆਂ ਸੀ ਉੱਥੇ ਅਸੀਂ ਇਹਨਾਂ ਨੂੰ 16 ਤਰੀਕ ਦੀ ਜਿਹੜੀ ਟਾਈਮਿੰਗ ਜਿਹੜੀ ਦੇ ਦਿੱਤੀ ਹੁਣ 16 ਤਰੀਕ ਨੂੰ ਦੋਵੇਂ ਪਾਰਟੀਆਂ ਫਿਰ ਇਕੱਠੀਆਂ ਹੋਈਆਂ ਅੱਛਾ ਜਦੋਂ ਇਕੱਠੀਆਂ ਹੋਈਆਂ ਤਾਂ ਇਹ ਜਿਹੜੀ ਲੜਕੇ ਵਾਲੀ ਪਾਰਟੀ ਸੀ ਉਹਨਾਂ 'ਚੋਂ ਇੱਕ ਬੈਪਟਾਈਜ਼ ਸਿੱਖ ਸੀਗਾ ਜਿਹਦੇ ਨਾਲ ਮਾਨਵਜੀਤ ਦਾ ਆਰਗੂਮੈਂਟ ਹੋਇਆ ਮਾਨਵਜੀਤ ਨੇ ਉਹਨੂੰ ਜਦੋਂ ਆਪਸ 'ਚ ਲੜਾਈ ਝਗੜਾ ਕੀਤਾ ਅਤੇ ਉਹਦੀ ਮਤਲਬ ਉਹਨੂੰ ਕਾਫੀ ਦਸਤਾਰ ਨੂੰ ਅਤੇ ਉਹਦੇ ਬਾਰੇ ਕੁਛ ਉਹਨਾਂ ਨੇ ਕੋਈ ਅਟੈਕ ਵੀ ਕੀਤਾ ਜਾਂ ਕੁਛ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਉਹਦੀ ਬੇਅਦਬੀ ਟਾਈਪ ਜਿਹਾ ਅਤੇ ਉਹਦੇ ਸੰਬੰਧ ਵਿੱਚ ਮੌਕੇ 'ਤੇ ਮੌਜੂਦ ਜਿਹੜਾ ਸੀਗਾ ਸਾਡਾ ASA ਬਲਵਿੰਦਰ ਮੁਨਸ਼ੀ ਆ ਉਹਨੇ ਜਿਹੜੇ ਇੰਟਰਪਟ ਕੀਤਾ ਇੰਟਰਪਟ ਕਰਕੇ ਦੋਹਾਂ ਪਾਰਟੀਆਂ ਨੂੰ ਸਾਈਡ 'ਤੇ ਕੀਤਾ ਫਿਰ ਉਸ ਤੋਂ ਬਾਅਦ ਮੁੜ ਕੇ ਜਿਹੜੀ ਲੇਡੀ ਕਾਂਸਟੇਬਲ ਨੇ ਜਦੋਂ ਉਹਨਾਂ ਨੂੰ ਸੁਣਵਾਈ ਕੀਤੀ ਉਹ ਵੀ ਵਿੱਚੇ ਸੀ ਇਹਨਾਂ ਨੂੰ ਕਾਫੀ ਉਹਨਾਂ ਨੇ ਜਿਹੜੀਆਂ ਸੀਗੀਆਂ ਗੱਲਾਂ ਜਿਹੜੀਆਂ ਕਹੀਆਂ ਉੱਥੇ ਅਤੇ ਕੁਛ ਗੱਲਾਂ ਇਹੋ ਜਿਹੀਆਂ ਜਿਹੜੀਆਂ ਕੈਮਰੇ ਦੇ ਸਾਹਮਣੇ ਨਹੀਂ ਕਹੀਆਂ ਜਾ ਸਕਦੀਆਂ ਕਿਉਂਕਿ ਮੈਂ ਇੱਕ ਸਵਾਲ ਇੱਥੇ ਲਵਾਂਗਾ ਕਿ ਦੋਨੋਂ ਪਾਰਟੀਆਂ ਮਤਲਬ 14 ਅਗਸਤ ਨੂੰ ਵੀ ਜਿਹੜਾ ਮਾਨਵਜੀਤ ਜਿਹਨੇ ਛਾਲ ਮਾਰੀ ਉਹ ਥੋੜ੍ਹਾ ਜਿਹਾ ਹੀਟਡ ਆਰਗੂਮੈਂਟ ਉਹਦੇ ਵੱਲੋਂ ਆਏ ਸੀਗੇ ਫਿਰ 16 ਅਗਸਤ ਨੂੰ ਦੋਵੇਂ ਇਕੱਠੇ ਹੋਏ ਦੋਵਾਂ ਧਿਰਾਂ ਦੇ ਵਿਚਕਾਰ ਤੁਸੀਂ ਕਹਿ ਰਹੇ ਹੋ ਕਿ ਉਸ ਧਿਰ ਤੋਂ ਮੈਂ ਉਹਦੀ ਪਹਿਚਾਣ 'ਤੇ ਨਹੀਂ ਜਾਵਾਂਗਾ ਕਿ ਉਹਦੀ ਪਹਿਚਾਣ ਬੈਪਟਾਈਜ਼ ਸਿੱਖ ਕੋਈ ਪਹਿਚਾਣ ਨਹੀਂ ਹੈਗੀ ਇੱਕ ਵਿਅਕਤੀ ਉੱਧਰੋਂ ਹੋ ਗਿਆ ਇੱਕ ਵਿਅਕਤੀ ਇੱਧਰੋਂ ਹੋ ਗਿਆ ਦੋਵਾਂ ਦੇ ਵਿੱਚ ਹੀਟਡ ਆਰਗੂਮੈਂਟ ਹੋਇਆ ਹੁਣ ਪਰਿਵਾਰ ਵਾਲਾਂ ਦਾ ਇਲਜ਼ਾਮ ਹੈ ਕਿ ਤੁਸੀਂ 57 ਮਾਨਵਜੀਤ ਤੇ ਲਾਈ ਉਹ ਕਹਿੰਦੇ ਕਿ ਧੱਕੇ ਨਾਲ 57 ਲਾਈ ਜੇ ਹੀਟਡ ਆਰਗੂਮੈਂਟ ਦੋਵਾਂ ਦੇ ਵਿਚਕਾਰ ਸੀਗਾ ਕੀ ਲੱਗਦਾ ਸੀਗਾ ਫਿਰ ਤੁਹਾਨੂੰ ਦੋਵਾਂ ਵੱਲ ਕਾਰਵਾਈ ਇੱਕ ਇੱਕ ਬੰਦੇ ਵੱਲ ਕਰ ਦੇਣੀ ਚਾਹੀਦੀ ਸੀ ਦੇਖੋ ਉਸ ਬੰਦੇ ਨੇ ਇਹਨਾਂ ਦੇ ਖਿਲਾਫ ਕੋਈ ਦਰਖਾਸਤ ਨਹੀਂ ਦਿੱਤੀ ਬਟ ਲੇਡੀ ਕਾਂਸਟੇਬਲ ਜਗਜੀਤ ਕੌਰ ਨੇ ਜਿਹੜੀ ਉਹਦੇ ਨਾਲ 14 ਤਰੀਕ ਨੂੰ ਹਿਊਮੀਲੇਸ਼ਨ ਹੋਈ ਸੀ ਔਰ ਉਹਦੇ ਨਾਲ 16 ਤਰੀਕ ਨੂੰ ਹਿਊਮੀਲੇਸ਼ਨ ਹੋਈ ਸੀ ਉਹਨੇ ਕੰਪਲੇਂਟ ਦਿੱਤੀ ਉਸ ਕੰਪਲੇਂਟ ਦੇ ਬੇਸ 'ਤੇ ਜਿਹੜਾ ਸੀਗਾ
तो वो राजीनामे दे विच जिहड़ी वो लिखत लिखी गई है उहदे च परमिंदर कौर और इहदा ब्रदर जिहड़ा अमनदीप ते इहदी जिहड़ी मदर आ उन्होंने इन रिटन लिखिया है उहदे विच इहनां ने लिखिया है भी इहनां दे वल्लों पुलिस दे नाल जिहड़ी आ बस लुकी जिहड़ी कीती गई सी। मानवजीत का कोई रिश्ता सीगा उन्हें परमिंदर कौर होना दे नाल उन्हें कि जान पहचान सी तुसी पता किया होगा? मानवजीत ने जो मेरी इंट्रैक्शन हुई सी मैं यही टैसटीफाई करने वास्ते भी यदा उहदे रिलेशन की है उन्होंने यही पूछा से भी तेरा इहदे रिलेशन की है ब्रदर, तुसी 14 तरीक नूं बहुत हाइपर होया सी ते 16 तरीक अज भी तू बहुत हाइपर होया भी रीज़न की है? वो कहिंदा जी मेरी कजन सिस्टर है। फिर मैं उन्होंने भी पूछा लड़के नूं भी मैं क्या भी तेरा इहदे नाल की रिलेशन है, कोई मामे का मुंडा किस किस टाइप का रिलेशन है तेरा? फिर वो कहिंदी नहीं जी मेरे ब्रदर आ, ब्रदर का दोस्त है जी। तो वो हम इन दे ब्रदर दी ते दी आपस च मित्रता होगी पर मतलब उन्हां दा रिलेशन मैनू नहीं लगता भी कोई उन्हां दा रिलेशन सीगा, बट इन्ना जरूर है भी जिहड़ी मौके ते मौजूद ड्यूटी ऑफिसर जदों तुहाडी पक्ष सुणदा पिया। हुण जे असीं विचों मैनूं पता लग्गिया भी बायसिंग हुई है जी इन्हां दी, जे बायसिंग हुई है तो फिर लड़की का ब्रदर भी तो विच जाना चाहिए सी, क्योंकि बेसिकली तो लड़की का ब्रदर ही उन्होंने लैके आया। हुण ना तो असीं लड़की के खिलाफ़ कोई कार्रवाई की है, ना लड़की के ब्रदर खिलाफ़ की है, ना ही मुंडे वाले पासों की है। जिहड़ा माहौल उन्हें क्रिएट किया सी उत्थे, जे अंदर थाने दे कोई यह जी लड़ाई झगड़ा हो जाता या कोई यह जा मर्डर हो जाता फिर ये रिस्पोंसिबिलिटी फिक्स होनी सी भी पुलिस की मौजूदगी दे विच ये चीज़ हुई है। सो ये जो कुछ भी होया लॉ एंड ऑर्डर महफूज रखने वास्ते ही। नदीप सिंह जी एक यह भी हो सकता सीगा कि जदों तुसी तां रोज़ाना बहुत सारे राजीनामे कराते हो, बहुत सारी पार्टीज़ दे नाल डील करते हो, जदों ड्यूटी ऑफिसर तुहाडे सारे मुलाजम भी इसे तरह डील करते हैं, जदों 14 तरीक नूं आपां देखिया कि मानवजीत हीटिड हो रहा, आर्गूमेंट द्वारा थोड़ा एग्रेसिव हो रहा है, कि उदों तुहाडे जिहड़े ड्यूटी ऑफिसर सीगे जिहड़े आई ओ सीगे उस मामले दे, उन्होंने उस परिवार नूं नहीं कहा कि तुसी अगली बारी इहनूं ना बिठाओ इस शख्स नूं कि यह व्यक्ति जिहड़ा है, क्योंकि तुसी तां तुहाडी मंशा ते या तुहाडी ड्यूटी ऑफिसर की मंशा ते इह सीगी कि दोवां नूं दोवें परिवार इकट्ठे करने हैं। जे एक व्यक्ति मान लो मानवजीत गलती कर भी रहा सीगा ते आपां उदों कह देंदे कि 16 तरीक की कार्रवाई दे विच मानवजीत ना आवे, यह भी हो सकता सीगा। और जे मानवजीत उदों भी एग्रेसिव हो रहा सीगा कि उस वेले उस मीटिंग चों उठाया जा सकदा सीगा उहनूं? ਉਹ ਜਦੋਂ ਇਹ ਕਾਫੀ ਜਣੇ ਇਕੱਠੇ ਹੋਏ ਸਾਡੇ ਕੋਲ, ਕਿਉਂਕਿ ਮੇਰੇ ਆਫਿਸ ਦੇ ਅੱਗੇ ਜਿਹੜਾ ਜਿਹੜੀ ਜਗ੍ਹਾ 'ਤੇ ਇਹਨਾਂ ਦੀ ਸੁਣਵਾਈ ਹੁੰਦੀ ਆ ਉਹ ਓਪਨ ਸਪੇਸ ਹੈ, ਔਰ ਜਦੋਂ ਇਹ ਓਪਨ ਸਪੇਸ ਆ ਤਾਂ ਆਪਾਂ ਨੂੰ ਇਹ ਨਹੀਂ ਪਤਾ ਲੱਗ ਸਕਦਾ ਵੀ ਕਿਹੜਾ ਬੰਦਾ ਕਿਹੜੀ ਇੰਟੈਂਸ਼ਨ ਨਾਲ ਆਇਆ। ਹੁਣ ਇਹ ਤਾਂ ਅਗਲਿਆਂ ਨੂੰ ਚਾਹੀਦਾ ਸੀਗਾ ਨਾ, ਜਦੋਂ ਅਸੀਂ ਜੇ ਅਸੀਂ ਕਾਰਵਾਈ ਕਰਨੀ ਹੁੰਦੀ ਉਦੋਂ ਅਸੀਂ 14 ਨੂੰ ਵੀ ਕਾਰਵਾਈ ਕਰ ਸਕਦੇ ਸੀ ਇਹਨਾਂ ਦੇ ਉੱਤੇ। ਜਦੋਂ ਇਹਨਾਂ ਨੂੰ ਇਹ ਚੀਜ਼ ਦਾ ਅਹਿਸਾਸ ਹੋ ਗਿਆ ਸੀ ਵੀ ਇਹ ਬੰਦੇ ਨੇ ਆ ਕੇ ਆਹ ਚੀਜ਼ ਹੈ ਤਾਂ ਉਹਨੂੰ ਆਪਣੇ ਆਪ ਹੀ ਉਹਨਾਂ ਨੂੰ ਚਾਹੀਦਾ ਸੀ ਵੀ ਇਹਨੂੰ ਨਾਲ ਲੈ ਕੇ ਆਉਂਦੇ ਉੱਥੇ। ਹੁਣ ਮੁੜ ਕੇ ਜਦੋਂ ਇਹਨਾਂ ਨੇ ਰਾਜੀਨਾਮਾ ਕੀਤਾ ਹੈ, ਰਾਜੀਨਾਮੇ ਵਿੱਚ ਤਾਂ ਉਹ ਹੈ ਨਹੀਂ ਸੀਗਾ, ਉਦੋਂ ਵੀ ਤਾਂ ਰਾਜੀਨਾਮਾ ਹੋਇਆ ਹੀ ਹੈ ਇਹਨਾਂ ਦਾ ਆਪਸ ਦੇ ਵਿੱਚ। ਸੋ ਇਸ ਕਰਕੇ ਇਹ ਤਾਂ ਹੁਣ ਇਹਨਾਂ ਦੀ ਕੰਸੈਂਟ ਸੀਗੀ। ਜਦੋਂ ਤੌਰ 'ਤੇ ਪਰਿਵਾਰ ਵਾਲੇ ਮੰਨੇ ਕਿ ਅੱਛਾ ਇਹ ਮਾਨਵਜੀਤ ਤੋਂ ਆਪਾਂ ਲੈ ਕੇ ਆਏ ਅਤੇ ਇਹਨੇ ਮਿਸਕੰਡਕਟ ਕੀਤਾ, ਤੁਸੀਂ ਉਹਨਾਂ ਦੇ ਬਿਆਨ ਜਦੋਂ 57 ਕੀਤੇ ਉਦੋਂ ਉਹਨਾਂ ਦੇ ਬਿਆਨ ਹੋਏ ਨੇ, ਤੁਸੀਂ ਬਿਆਨ ਦੱਸ ਰਹੇ ਹੈ ਵੀ ਇਹਨਾਂ ਦਾ ਜਿਹੜੀ ਉਹ ਰਾਜੀਨਾਮਾ ਪਲੱਸ ਇਕਰਾਰਨਾਮਾ ਲਿਖਿਆ ਗਿਆ ਉਹਦੇ ਵਿੱਚ ਦੋਹਾਂ ਧਿਰਾਂ ਦੇ ਹੀ ਜਿਹੜੇ ਆ ਲੜਕੀ ਧਿਰ ਅਤੇ ਲੜਕੇ ਧਿਰ ਜਿਹੜੇ ਆ ਦੋਹਾਂ ਦੇ ਹੀ ਜਿਹੜੇ ਲਿਖੇ ਗਏ ਆ। ਸੋ ਇਸ ਕਰਕੇ ਜਿਹੜੀ ਇਹ ਸੀਨ ਹੈ, ਜੇ ਅਸੀਂ ਇਹ ਕਹੀਏ ਵੀ ਇੱਕ ਪਾਸੇ ਹੀ ਕਰ ਰਹੀ ਹੈ, ਇੱਕ ਪਾਸਿਓਂ ਨਹੀਂ ਹੋਈ, ਦੋਹਾਂ ਪਾਸੇ ਵਾਲਿਆਂ ਨੇ ਇਹ ਇਨ ਰਿਟਨ ਦੱਸਿਆ ਵੀ ਜਿਹੜੀ ਇਹਨਾਂ ਨੇ ਆਹ ਚੀਜ਼ ਕੀਤੀ ਹੈ। ਔਰ ਰਹਿ ਗਈ ਗੱਲ ਜਿਹੜੀ ਇਹ ਚੀਜ਼ ਦੀ, ਕਿਉਂਕਿ ਪੁਲਿਸ ਦੇ 3 ਐਲੀਗੇਸ਼ਨ ਬੇਸਿਕਲੀ ਜਿਹੜੇ ਤੁਸੀਂ ਮੈਨੂੰ ਪੁੱਛਣਾ ਚਾਹੁੰਦੇ ਹੋ, 3 ਐਲੀਗੇਸ਼ਨ ਲੱਗਦੇ। ਇੱਕ ਤਾਂ ਜੀ ਜਲੀਲ ਕੀਤਾ, ਹੁਣ ਜੇ ਜਲੀਲ ਕੀਤਾ, ਜਲੀਲ ਨੂੰ ਮੈਨੂੰ ਨਹੀਂ ਸਮਝ ਲੱਗਦਾ ਵੀ ਅਸੀਂ ਤਾਂ ਕਾਰਵਾਈ ਕੀਤੀ ਹੈ ਲੀਗਲ ਆਪਣੀ, ਅਤੇ ਜਿਹੜੀ ਇਹ ਪੱਗ ਵਾਲਾ ਕਹਿੰਦੇ ਆ ਜੀ ਸਾਡੀ ਪੱਗ ਉਤਾਰ ਕੇ ਕਿਹਾ, ਉਹ ਵੈਸੇ ਹੀ ਸਾਡੀ ਪਾਰਟ ਆਫ ਡਿਊਟੀ ਹੈ। ਅਤੇ ਦੂਸਰਾ ਜਿਹੜਾ ਇਹ 'ਚ ਵਿਸਤਾਰ 'ਚ ਜਾ ਸਕਦਾ ਜਿਹੜਾ ਪਾਰਟ ਆਫ ਡਿਊਟੀ, ਕਿ ਕਿਉਂਕਿ ਉਹ ਕਹਿੰਦੇ ਕਿ ਪੱਗ ਲਾਈ ਥੱਪੜ ਮਾਰੇ, ਉਹਨਾਂ ਦੇ ਪਰਿਵਾਰ ਵਾਲੇ ਐਲੀਗੇਸ਼ਨ ਇਹ ਨੇ ਕਿ ਜਦੋਂ ਉਹ ਬੈਠੇ ਹੋਏ ਸੀਗੇ ਮਾਨਵਜੀਤ, ਤਾਂ ਲੇਡੀ ਕੌਂਸਟੇਬਲ ਕਹਿੰਦੇ ਕਿ ਤੈਨੂੰ ਬਹਿਣਾ ਨਹੀਂ ਆਉਂਦਾ, ਤੂੰ ਆਕੜ ਕੇ ਕਿਉਂ ਬੈਠਾ, ਇਸ ਤਰ੍ਹਾਂ ਦੀ ਗੱਲਾਂ ਹੋਈਆਂ। ਤਾਂ ਜਿਹੜਾ ਤੁਹਾਡਾ ਤੁਸੀਂ ਪ੍ਰੋਟੋਕੋਲ, ਕਿਉਂਕਿ ਤੁਹਾਡਾ ਇਹ ਪੱਖ ਹੈ, ਤੁਸੀਂ ਕਹਿ ਰਹੇ ਕਿ ਪ੍ਰੋਟੋਕੋਲ ਦੇ ਤਹਿਤ ਪੱਗ ਵੀ ਲਾਣੀ ਸੀਗੀ, ਕਿਆ ਉਦੋਂ ਮਾਨਵਜੀਤ ਨੇ ਆਪਣੇ ਆਪ ਹੀ, ਤੁਸੀਂ ਜਦੋਂ ਵੀ ਹਵਾਲਾਤੀ ਕੋਈ ਨੂੰ ਲੈ ਕੇ ਆਉਂਦੇ ਉਹਨੂੰ ਤੁਸੀਂ ਕਹਿੰਦੇ ਹੋ ਕਿ ਇਹ ਤੈਨੂੰ ਜਿਹੜੇ ਕੰਮ ਕਰਨੇ ਪੈਣਗੇ, ਇਹ ਪ੍ਰੋਟੋਕੋਲ ਹੈ, ਕਿ ਉਹਨੇ ਆਪ ਹੀ ਆਪਣੀ ਪੱਗ ਉਤਾਰੀ ਸੀਗੀ? ਬਿਲਕੁਲ, ਇਹਨਾਂ ਨੂੰ ਕਿਹਾ ਗਿਆ ਸੀ ਵੀ ਤੁਸੀਂ ਤੁਹਾਨੂੰ ਅਰੈਸਟ ਕਰ ਲਿਆ ਗਿਆ ਪ੍ਰੀਵੈਂਟਿਵ ਐਕਸ਼ਨ 'ਚ, ਹੁਣ ਤੁਸੀਂ ਇਸ ਹਵਾਲਾਤ ਦੇ ਵਿੱਚ ਆਪਣੀ ਪਗੜੀ ਉਤਾਰ ਕੇ ਜਾਓ। ਪਰ ਇਹ ਮੰਨਿਆ ਨਹੀਂ, ਬਟ ਉਹ ਪੱਗ ਦੀ ਮਰਿਆਦਾ ਨੂੰ ਦੇਖਦੇ ਹੋਏ ਅਸੀਂ ਇਹਨੂੰ ਸਾਈਡ ਰੂਮ 'ਚ ਲਿਜਾ ਕੇ ਇਹਨੂੰ ਪਹਿਲਾਂ ਥੋਰੋਲੀ ਸਰਚ ਕੀਤਾ, ਫਿਰ ਇਹਦੀ ਪੱਗ ਜਿਹੜੀ ਆ ਉਤਰਵਾ ਕੇ ਅਤੇ ਫਿਰ ਇਹਨੂੰ ਹਵਾਲਾਤ ਦੇ ਵਿੱਚ ਜਿਹੜਾ ਦਿੱਤਾ ਗਿਆ। ਤੁਸੀਂ ਤਾਂ ਜਿਸ ਤਰ੍ਹਾਂ ਦੱਸ ਰਹੇ ਹੋ ਤੁਹਾਡੀ ਤਾਂ ਰੂਟੀਨ ਕਾਰਵਾਈ ਲੱਗ ਰਹੀ ਹੈ, ਪਰ ਇਹੋ ਜਿਹਾ ਕੀ ਹੋਇਆ ਹੋਏਗਾ ਕਿ ਦੋ ਸਕੇ ਭਰਾ ਆਪਣੇ ਪਰਿਵਾਰ 'ਤੇ ਹੀ ਆਪਣੀ ਇੰਨੀ ਕੁ ਉਹਨਾਂ ਨੇ ਇੱਕ ਤਰ੍ਹਾਂ ਦਾ ਪਰਿਵਾਰ ਹੀ ਖਤਮ ਕਰ ਲਿਆ ਆਪਣਾ, ਇੰਨਾ ਕੁ ਆਪਣਿਆਂ ਨੂੰ ਜਲੀਲ ਮਹਿਸੂਸ ਕੀਤਾ ਕਿ ਦੋਨੋਂ ਭਰਾ ਜੋ ਸਾਨੂੰ ਸੁਣਨ 'ਚ ਆ ਰਿਹਾ ਕਿ ਜਸ਼ਨ ਛੋਟਾ ਭਰਾ ਸੀਗਾ ਉਹ ਪਹਿਲਾਂ ਉਸ ਦਰਿਆ ਦੇ ਕੋਲ ਪਹੁੰਚ ਗਿਆ, ਮਾਨਵਜੀਤ ਹਾਲਾਂਕਿ ਜੋ ਅਰੈਸਟ ਹੋਇਆ ਸੀਗਾ ਹਵਾਲਾਤ ਦੇ ਵਿੱਚ ਸੀਗਾ ਉਹ ਬਾਅਦ 'ਚ ਗਿਆ, ਉਹਨੇ ਮਨਾਇਆ ਵੀ, ਪਰ ਫਿਰ ਵੀ ਦੋਵੇਂ ਭਰਾਵਾਂ ਨੇ ਛਾਲ ਮਾਰਤੀ, ਇਹੋ ਜਿਹੀ ਸਥਿਤੀ ਕਿਉਂ ਬਣ ਗਈ, ਕੀ ਹੋਇਆ ਹੋਊਗਾ ਇਸ ਤਰ੍ਹਾਂ ਕਿ ਪਰਿਵਾਰ ਵਾਲੇ ਵੀ ਵਾਰ ਵਾਰ ਇਹੀ ਐਲੀਗੇਸ਼ਨ ਲਾ ਰਹੇ ਨੇ ਬਤੌਰ ਤੁਹਾਡੀ, ਉਹਨਾਂ ਨੇ ਸ਼ਿਕਾਇਤ ਸੁਲਤਾਨਪੁਰ ਦੇ ਵਿੱਚ ਦਿੱਤੀ ਹੈ ਤੁਹਾਡੇ ਨਾਮ ਦੇ ਨਾਲ, ਤਾਂ ਕੀ ਇਹੋ ਜਿਹੀ ਸਥਿਤੀ ਨਵਦੀਪ ਜੀ, ਕੁਛ ਤਾਂ ਹੋਇਆ ਹੀ ਹੋਊਗਾ ਕਿ ਇਹੋ ਜਿਹੀ ਸਥਿਤੀ ਬਣ ਗਈ ਕਿ ਇੱਕ ਪਰਿਵਾਰ ਹੀ ਖਤਮ ਹੋ ਗਿਆ?
देखो जी, फर्स्ट ऑफ ऑल तो मैं कहूँगा, मैं पहले भी कह चुके हैं, जी ये ट्रैजडी हुई है ये बहुत ही मनभागी हुई है, बट ये अभी इस ट्रैजडी के जो मानव जीत तो अलावा सानू जशन तो मिलया नहीं, और मानव जीत के परिवार का यह मैटर भी है नहीं सी। हुण ये किहड़ी मतलब किवें आया है, किहड़ी सोच आया उत्थे, क्योंकि जिहड़े साडे को पुलिस नॉर्मली बंदे आउंदे आ, जदों सानू पता लग जांदा वी ये शरारती बंदा, असीं उहनूं आप ही कह दिंदे वी तूं पासे हो जा, बट ये अगले ते डिपेंड करदा ना, जे उह हुण कहे वी मैं इस तों बिना मैं अपना राजीनामा ही नहीं करना। हुण उहनां दी चलो उह आ गया, कोई नहीं, मतलब जिहड़ा कुछ होणा सी उह तां हो गया उत्थे, ये फस वी पिया, कई कुछ हो गया उत्थे, बट उहदे विच जिहड़ा सीगा इहदा जिहड़ा सीगा ब्रदर सीगा जशन, वो तो पिक्चर च ही नहीं आया। हुण उहदी मैंटल स्टेबिलिटी की आ, उहदी की कंडीशन उत्थे, उह मैनूं नहीं ना पता लग सकदी, क्योंकि जदों मेरी उहदे नाल इंट्रैक्शन ही नहीं हुई। जे मेरी उहदे नाल इंट्रैक्शन हुई है तो मेरी मानवजीत ने हुई है, मानवजीत बेल कराउण तो बाद मेरे को पुलिस स्टेशन च बाहर ही खड़ा सी, जदों आया वो वापसी ते मैनूं मिलिया, वो बड़ा वधिया चल के आके मैनूं उहनां ने कहा, कहिंदा वी मैनूं सर भी मेरे कोलों गलती हो गई है, भी मैं पुलिस अफसरां नाल खास तौर पर लेडी ऑफिसर नाल मैनूं इहो जिहा रसूख नहीं करना चाहिए सी। उहदे नाल होर भी मुंडा सीगा, मैनूं याद नहीं उहदे की नाम सीगा, ना ही मैं पुछिया उहनूं, ਅਤੇ ਉਹਨੂੰ ਮੈਂ ਕਿਹਾ ਵੀ ਚੱਲ ਕੋਈ ਨਹੀਂ, ਆਪਾਂ ਨਾ ਤੁਸੀਂ ਹੁਣ ਤੁਸੀਂ ਜਾਓ, ਕਿਉਂਕਿ ਫਿਰ ਉਸ ਤੋਂ ਬਾਅਦ 'ਚ ਮੈਂ ਕਿਹਾ ਇੱਕ ਦੋ ਦਿਨ ਬਾਅਦ ਆਓ, ਫਿਰ ਆਪਾਂ ਬੈਠ ਕੇ ਗੱਲ ਕਰਾਂਗੇ, ਕੋਈ ਇਸ਼ੂ ਨਹੀਂ ਗਾ। ਹੁਣ ਉਹਨੂੰ ਮੈਂ ਉਹਦਾ ਮਾਇੰਡ ਜਿਹੜਾ ਰੀਡ ਆਊਟ ਕੀਤਾ ਸੀ ਉਹ ਤਾਂ ਬਿਲਕੁਲ ਠੀਕ ਸੀਗਾ ਇੱਥੋਂ। ਹੁਣ ਤੁਸੀਂ ਇਹ ਕਹਿੰਦੇ ਪਏ ਹੋ ਵੀ ਜਸ਼ਨ ਨੇ ਉਹਨੂੰ ਫੋਨ ਕਰਕੇ ਉੱਥੇ ਬੁਲਾਇਆ ਜੀ, ਇਹਦਾ ਮਤਲਬ ਜਸ਼ਨ ਦੇ ਮਾਇੰਡ 'ਚ ਕੀ ਚੱਲਦਾ ਪਿਆ? ਜਿਹੜੇ ਬੰਦੇ ਨੂੰ ਮੈਂ ਜਾਣਦਾ ਨਹੀਂ, ਜਿਹਦੇ ਨਾਲ ਮੇਰੀ ਇੰਟਰੈਕਸ਼ਨ ਨਹੀਂ, ਮੈਨੂੰ ਨਹੀਂ ਨਾ ਪਤਾ ਵੀ ਉਹਦੇ ਸੰਬੰਧ 'ਚ ਉਹਦੇ ਮਾਇੰਡ 'ਚ ਕੀ ਚੱਲਦਾ ਪਿਆ। ਜੇ ਮੈਨੂੰ ਉਹਦਾ ਵੀ ਪਤਾ ਹੁੰਦਾ ਮੈਂ ਉਹਨੂੰ ਵੀ ਬੁਲਾ ਲੈਂਦਾ। ਉਹ ਤਾਂ ਗੱਲ ਠੀਕ ਹੈ ਤੁਹਾਡੀ ਕਿ, ਪਰ ਜਿਸ ਤਰ੍ਹਾਂ ਬਤੌਰ ਇਨਵੈਸਟੀਗੇਸ਼ਨਿੰਗ ਆਫਿਸਰ ਤੁਸੀਂ ਵੀ ਕਈ ਵਾਰੀ SHO ਦੇ ਤੌਰ 'ਤੇ ਕਈ ਵਾਰ ਤੁਹਾਡੇ ਸਾਹਮਣੇ ਇਹੋ ਜਿਹੇ ਕੇਸ ਆਉਂਦੇ ਨੇ ਜਦੋਂ ਸੂਸਾਈਡ ਹੋ ਜਾਂਦਾ ਅਤੇ ਕਿਸੇ ਦਾ ਨਾਮ ਲਿਖਿਆ ਜਾਂਦਾ, ਕੋਈ ਸੂਸਾਈਡ ਨੋਟ ਸਾਬਤ ਹੁੰਦੇ ਨੇ, ਬਰਾਮਦ ਹੁੰਦੇ ਨੇ, ਜਾਂ ਫਿਰ ਬਾਅਦ 'ਚ ਪਰਿਵਾਰ ਵਾਲੇ ਕਿਸੇ ਨਾ ਕਿਸੇ ਵਿਅਕਤੀ 'ਤੇ ਆਰੋਪ ਲਾਉਂਦੇ ਨੇ, ਤਾਂ 306 ਦਾ ਪਰਚਾ ਦਰਜ ਹੋ ਜਾਂਦਾ। ਹੁਣ ਕਿਉਂਕਿ ਤੁਹਾਡੇ 'ਤੇ ਐਲੀਗੇਸ਼ਨਸ ਲੱਗ ਰਹੇ ਨੇ, ਤੁਸੀਂ ਤਿਆਰ ਹੋ ਹਰ ਤਰ੍ਹਾਂ ਦੀ ਇਨਕੁਆਇਰੀ ਦੇ ਵਿੱਚ ਸ਼ਾਮਲ ਹੋਣ ਦੇ ਲਈ, ਤੁਸੀਂ ਚਾਹੋਗੇ ਕਿ ਜਿਸ ਤਰ੍ਹਾਂ ਦੀ ਇਨਕੁਆਇਰੀ ਤੁਸੀਂ ਬਤੌਰ ਕੁਰਸੀ 'ਤੇ ਬਹਿ ਕੇ ਤੁਸੀਂ ਕਰਦੇ ਹੋ, ਤਾਂ ਇਸੇ ਤਰ੍ਹਾਂ ਦੀ ਇਨਵੈਸਟੀਗੇਸ਼ਨ ਜਿਹੜੀ ਹੈ ਸੁਲਤਾਨਪੁਰ ਜਾਂ ਕਪੂਰਥਲਾ ਪੁਲਿਸ ਦੇ ਵੱਲੋਂ ਹੋਣੀ ਚਾਹੀਦੀ ਹੈ? ਦੇਖੋ ਗੱਲ ਇੱਦਾਂ ਹੈ ਵੀ ਜੋ ਕਾਨੂੰਨ ਮੁਤਾਬਕ ਹੈਗਾ ਉਹ ਸਾਰੀ ਦੀ ਸਾਰੀ ਡਾਕੂਮੈਂਟੇਸ਼ਨ ਔਨ ਫਾਈਲ ਹੈ, ਇਹਦੇ 'ਚ ਇੱਕ ਪੇਪਰ ਵੀ ਮਿਸਿੰਗ ਨਹੀਂ ਹੈ, ਔਰ ਇੱਕ ਦੀ ਜਗ੍ਹਾ 'ਤੇ ਵਾਰ ਵਾਰ ਦੋ ਦੋ ਤਿੰਨ ਤਿੰਨ ਵਾਰੀ ਜਿਹੜੀ ਆ ਉਹ ਰਾਈਟ ਕੀਤਾ ਗਿਆ। ਜਿੱਦਾਂ ਹੁਣ ਮੈਡੀਕਲ ਉਹਦਾ 2 ਵਾਰੀ ਮੈਡੀਕਲ ਐਗਜ਼ਾਮੀਨੇਸ਼ਨ ਹੋਇਆ ਉਹਦਾ, ਮਤਲਬ ਅਸੀਂ ਮਾਨਵ ਜੀਤ ਤੱਕ ਤਾਂ ਅਸੀਂ ਰਿਸਪੋਂਸੀਬਲ ਹਾਂ, ਅਸੀਂ ਜਸ਼ਨ ਵਾਸਤੇ ਰਿਸਪੋਂਸੀਬਲ ਨਹੀਂ ਹੈਗੇ। ਮਾਨਵਜੀਤ ਜੇ ਉਹ ਕਹਿੰਦਾ ਆ, ਅਸੀਂ ਉਹਨੂੰ ਐਕਸਪਲੇਨ ਕਰਾਂਗੇ ਵੀ ਮਾਨਵਜੀਤ ਜਿਹੜੀ ਆ ਉਹ ਪ੍ਰੋਸੀਡਿੰਗ ਕਰਨੀ ਕਿਉਂ ਜ਼ਰੂਰੀ ਸੀ। ਹੁਣ ਉਹਦੇ ਮਨ 'ਚ ਕੀ ਚੱਲਦਾ ਪਿਆ ਉਹਦੇ ਬਾਰੇ ਮੈਂ ਨਹੀਂ ਕਹਿ ਸਕਦਾ, ਬਾਕੀ ਜਦੋਂ ਇਨਕੁਆਇਰੀ ਹੋਏਗੀ ਸਾਨੂੰ ਬੁਲਾਉਣਗੇ, ਸਾਡੇ ਕੋਲ ਆਹੀ ਕਾਗਜ਼ ਹੈ, ਇਸੇ ਦੇ ਹਿਸਾਬ ਨਾਲ ਅਸੀਂ ਸਟੇਟ ਦੋਨੋਂ ਜ਼ਿਲ੍ਹਿਆਂ ਦੇ ਪੁਲਿਸ ਜਿਹੜੇ ਅਧਿਕਾਰੀ ਨੇ ਉਹਨਾਂ ਤੁਹਾਡੇ ਨਾਲ ਗੱਲਬਾਤ ਕੀਤੀ, ਚਾਹੇ ਤੁਹਾਡੇ ਕਮਿਸ਼ਨਰੇਟ ਦੇ ਅਧਿਕਾਰੀ ਨੇ ਜਾਂ ਫਿਰ ਕਪੂਰਥਲਾ ਪੁਲਿਸ ਦੇ ਅਧਿਕਾਰੀ, DSP ਸਾਹਿਬ ਨੇ ਬੱਬਨਦੀਪ ਉਹਨਾਂ ਨਾਲ ਮੇਰੀ ਗੱਲ ਹੋਈ ਸੀ, ਉਹਨਾਂ ਨੂੰ ਮੈਂ ਦੱਸਿਆ ਸੀ ਵੀ ਸਾਡੇ ਕੋਲ ਆਹ ਪ੍ਰੋਸੀਡਿੰਗ ਹੋਈ ਹੈ। ਹੁਣ ਮੈਂ ਇੱਥੇ ਇੱਕ ਗੱਲ ਕਹਿਣਾ ਚਾਹੁੰਦਾ ਵੀ ਪੁਲਿਸ ਆਫਿਸਰ ਜਿਹਦੇ ਕੋਲ ਤੁਸੀਂ ਐਕਸਪੈਕਟ ਕਰਦੇ ਹਾਂ ਵੀ ਇਹ ਲਾਅ ਐਂਡ ਆਰਡਰ ਨੂੰ ਸਾਨੂੰ ਮਹਿਫੂਜ਼ ਰੱਖੇਗਾ ਐਟ ਐਨੀ ਕੋਸਟ, ਉਹ 24 ਘੰਟੇ ਵਾਸਤੇ 24/7 ਤੁਹਾਡੀ ਸੇਵਾ 'ਚ ਜਿਹੜਾ ਉਹ ਅਵੇਲੇਬਲ ਹੈ। ਜਦੋਂ ਉਹ ਆਪਣੇ ਪੁਲਿਸ ਸਟੇਸ਼ਨ ਦੇ ਵਿੱਚ ਹੀ ਸੇਫ ਨਹੀਂ ਹੈਗਾ ਤਾਂ ਉਹ ਤੁਹਾਡੀ ਸੇਫਟੀ ਕੀ ਕਰੇਗਾ? ਮੈਂ ਨਹੀਂ ਕਹਿੰਦਾ ਵੀ ਅਸੀਂ ਉਹਨਾਂ 'ਤੇ ਕੋਈ ਤਸ਼ੱਦਦ ਕੀਤਾ ਜਾਂ ਕੁਛ ਕੀਤਾ, ਪਰ ਇਹ ਆ ਵੀ ਸਭ ਤੋਂ ਪਹਿਲਾਂ ਜਿਹੜੀ ਸਾਡੀ ਸੇਫਟੀ ਜਿਹੜੀ ਉਹ ਮੈਟਰ ਕਰਦੀ ਹੈ, ਰਾਦਰ ਦੈਨ ਉਹਨਾਂ ਦੀ ਸੇਫਟੀ, ਜਿਹੜੀ ਉਹਨਾਂ ਦੀ ਸੇਫਟੀ ਆ ਉਹ ਅਸੀਂ ਕਰਨੀ ਆ, ਜੇ ਅਸੀਂ ਸੇਫ ਹੋਵਾਂਗੇ ਤਾਂ ਹੀ ਕਰਾਂਗੇ। ਹੁਣ ਤੁਸੀਂ ਆ ਕੇ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਕ੍ਰੀਏਟ ਕਰਦੇ ਪਏ ਹੋ, ਪਰ ਉਹ ਗਲਤ ਆ ਨਾ, ਉਹਦੇ ਵਾਸਤੇ ਮੈਨੂੰ ਨਹੀਂ ਲੱਗਦਾ ਵੀ ਜੇ ਇਸ ਕਰਕੇ ਵੀ ਸ਼ਾਇਦ ਮੁੱਦਾ ਬਣ ਗਿਆ, ਕਿਉਂਕਿ ਕਈ ਵਾਰ ਪੰਜਾਬ ਪੁਲਿਸ 'ਤੇ ਇਲਜ਼ਾਮ ਲੱਗਦੇ ਰਹਿੰਦੇ ਨੇ, ਕਿ ਕਈ ਥਾਣਿਆਂ 'ਤੇ ਇਲਜ਼ਾਮ ਲੱਗਦੇ ਰਹਿੰਦੇ ਨੇ, ਕਈ ਵਾਰ ਤਸ਼ੱਦਦ ਦੇ ਵੀ ਇਲਜ਼ਾਮ ਲੱਗਦੇ ਰਹਿੰਦੇ ਨੇ, ਮੈਨੂੰ ਨਹੀਂ ਪਤਾ ਠੀਕ ਹੈ ਸੱਚ ਕੀ ਹੈ ਝੂਠ ਕੀ ਹੈ, ਪਰ ਇਹ ਇਲਜ਼ਾਮ ਤੁਹਾਨੂੰ ਵੀ ਪਤਾ ਆਰੋਪ ਲੱਗਦੇ ਰਹਿੰਦੇ ਨੇ, ਇਸੇ ਕਰਕੇ ਸ਼ਾਇਦ ਇਹ ਮੁੱਦਾ ਵੀ ਬਣਿਆ ਕਿ ਤੁਸੀਂ ਵੀ ਤਸ਼ੱਦਦ ਕੀਤੀ ਹੋਊਗੀ, ਤੁਹਾਡੇ 'ਤੇ ਐਲੀਗੇਸ਼ਨ ਲੱਗ ਰਿਹਾ। ਇਹ ਵੀ ਐਲੀਗੇਸ਼ਨ ਲੱਗ ਰਿਹਾ ਕਿ ਪੁਲਿਸ ਕਈ ਵਾਰ ਈਗੋ 'ਤੇ ਲੈ ਜਾਂਦੀ, ਜੇ ਸਾਹਮਣੇ ਵਾਲਾ ਬੰਦਾ ਜੇ ਕੁਛ ਬੋਲ ਰਿਹਾ ਜੇ ਕੋਈ ਆਪਣਾ ਪੱਖ ਰੱਖ ਵੀ ਰਿਹਾ ਹੋਊਗਾ, ਜੇ ਉਹਦੀ ਆਵਾਜ਼ ਨੀਵੀਂ ਹੈ ਜਾਂ ਉੱਚੀ ਹੈ, ਸ਼ਾਇਦ ਪੁਲਿਸ ਕਈ ਵਾਰੀ ਈਗੋ ਆਪਣੀ ਈਗੋ 'ਤੇ ਲੈ ਜਾਂਦੀ ਹੈ, ਕੁਝ ਇਸ ਤਰ੍ਹਾਂ ਦਾ ਤਾਂ ਨਹੀਂ? ਇਹੋ ਜਿਹਾ ਤਾਂ ਨਹੀਂ ਮੈਨੂੰ ਲੱਗਦਾ, ਕਿਉਂਕਿ ਜਿਹੜੀ ਮੌਕੇ 'ਤੇ ਮੌਜੂਦ ਆਪਣੇ ASA ਬਲਵਿੰਦਰ ਅਤੇ ਪਲੱਸ ਉਹ ਜਿਨ੍ਹਾਂ ਨੇ ਆਪਣੀ ਅੱਖੀਂ ਸੀਨ ਦੇਖਿਆ, ਵੀ ਜਾਂ ਤਾਂ ਉਹ ਜਦੋਂ ਲੜ ਲੈਂਦੇ ਉਹ ਸਾਈਡ 'ਤੇ ਹੋ ਕੇ ਬੈਠੇ ਰਹਿੰਦੇ ਵੀ ਪਹਿਲਾਂ ਲੜ ਲਓ ਜੀ ਫਿਰ ਉਸ ਤੋਂ ਬਾਅਦ 'ਚ ਅਸੀਂ ਇੰਟਰਫੇਅਰ ਕਰਾਂਗੇ, ਉਹਨਾਂ ਨੇ ਤਾਂ ਪਹਿਲਾਂ ਹੀ ਆਪਣੀ ਪ੍ਰੀਵੈਂਸ਼ਨ ਜਿਹੜੀ ਆ ਪਹਿਲਾਂ ਹੀ ਰੋਕਿਆ ਨਾ ਉਹਨਾਂ ਨੂੰ, ਅਸੀਂ ਉਸ ਚੀਜ਼ ਦੀ ਵੇਟ ਨਹੀਂ ਨਾ ਕਰ ਸਕਦੇ। ਤੁਸੀਂ ਦੇਖੋ ਵੀ ਜੇ ਤੁਹਾਡੇ ਸਾਹਮਣੇ ਇਹ ਹੁੰਦਾ ਹੋਵੇ, ਹੁਣ ਦੇਖੋ ਕਈ ਵਾਰੀ ਤੁਸੀਂ ਜਾਂਦੇ ਉੱਥੇ ਬਾਹਰ ਮਾਰਕੀਟ ਦੇ ਵਿੱਚ, ਉੱਥੇ ਲੜਾਈ ਹੋ ਰਹੀ ਹੈ, ਜੇ ਪੁਲਿਸ ਆਫਿਸਰ ਸਾਈਡ 'ਤੇ ਖੜਾ ਹੋਵੇ ਤੁਸੀਂ ਐਕਸਪੈਕਟ ਕਰਦੇ ਭਾਵੇਂ ਉਹਦੀ ਨਹੀਂ ਵੀ ਡਿਊਟੀ, ਜੇ ਉਹਨੂੰ ਯੂਨੀਫਾਰਮ ਆ ਤਾਂ ਉਹਦਾ ਪਾਰਟ ਬਣਦਾ ਜਾ ਕੇ ਉੱਥੇ ਨੂੰ ਰੋਕਣਾ, ਕਈ ਵਾਰੀ ਇਹੋ ਜਿਹੀ ਵੱਡੀ ਲੜਾਈ ਜਿਹੜੀ ਟਲ ਵੀ ਜਾਂਦੀ ਆ ਜਦੋਂ ਜੇ ਉਹ ਇੰਟਰਫੇਅਰ ਕਰਦਾ। ਅਸੀਂ ਤਾਂ ਹੁਣ ਆਪਣੀ ਡਿਊਟੀ ਜਿਹੜੀ ਕੀਤੀ ਆ ਉਹ ਪੂਰੀ ਪ੍ਰੋਪਰ ਢੰਗ ਨਾਲ ਕੀਤੀ ਆ। ਹਾਂ, ਉਹਨਾਂ ਦੇ ਜਿਹੜੇ ਪੇਰੈਂਟਸ ਆ, ਜੇ ਉਹਨਾਂ ਨੂੰ ਸਾਡੇ ਪ੍ਰਤੀ ਕੋਈ ਗਰਜਿਸ ਆ, ਜਿੱਦਾਂ ਉਹਨਾਂ ਨੇ DSP ਸਾਹਿਬ ਨੂੰ ਦਿੱਤੀ ਆ ਦਰਖਾਸਤ ਉੱਥੇ, ਕਿਉਂਕਿ ਇਹ ਇਹਨਾਂ ਦੇ ਕੋਲ ਜਦੋਂ ਇਹ ਮੈਜਿਸਟ੍ਰੇਟ ਸਾਹਿਬ ਕੋਲ ਪੇਸ਼ ਕੀਤਾ ਗਿਆ ਤਾਂ ਇਹ ਆਪਣਾ ਪੱਖ ਦੱਸ ਸਕਦੇ ਸੀ ਉੱਥੇ। ਬਿਲਕੁਲ, ਇਹ ਸਨ
जलंधर के थाना नंबर एक के SHO जिन्होंने अपना पक्ष रखा क्योंकि इन्हां ते एलीगेशन लग रहे हैं। जिहड़े दो व्यक्ति ने अज ब्यास दरिया दे विच छाल मारी है जशन और मानप्रीत दे वल्लों एलीगेशन साफ साफ इन्हां दे लगे ने, शिकायत इन्हां दे खिलाफ हुई और इन्होंने अपना पक्ष रखा कि असीं अपनी ड्यूटी निभा रहे सीगे और जो कोई भी इंक्वायरी हुंदी है तो उहदा हिस्सा बनने लई वी बिल्कुल तैयार ने। कैमरामैन जतिंदर दे नाल रिमांशु गाबा, दैनिक सवेरा TV, जलंधर।